ਕੀ ਨਾਮ ਹੈ ਆਪਣਾ ਔਰ ਕੀ ਹਾਦਸਾ ਜਿਹੜਾ ਪੇਸ਼ ਆਇਆ ਸੀਗਾ? ਜੀ, ਮੇਰਾ ਨਾਮ ਮਨਪ੍ਰੀਤ ਹੈ। ਅਸੀਂ ਅੰਮ੍ਰਿਤਸਰ ਤੋਂ ਆ ਰਹੇ ਸੀ ਗੁਰਦਾਸਪੁਰ ਵੱਲ ਨੂੰ, ਤੇ ਅਸੀਂ ਜਦੋਂ ਇੱਥੇ ਬਟਾਲਾ ਹਾਈਵੇ ਤੇ ਪਹੁੰਚੇ ਤੇ ਪਿੱਛੋਂ I-20 ਗੱਡੀ ਆ ਗਈ ਤੇ ਸਾਨੂੰ ਸਾਈਡ ਮਾਰਦੀ ਹੈ ਤੇ ਸਾਡੀ ਗੱਡੀ ਇਸ ਤਰ੍ਹਾਂ ਪਲਟ ਜਾਂਦੀ ਹੈ। ਤੇ ਅਸੀਂ ਇਹੀ ਤੁਹਾਨੂੰ ਵੀ ਥੋੜ੍ਹਾ ਜਿਹਾ ਕਰਨਾ ਚਾਹੁੰਦੇ, ਮਤਲਬ ਦੱਸਣਾ ਚਾਹੁੰਦੇ ਹਾਂ ਵੀ ਓਵਰਟੇਕ ਕਰਨ ਵਾਲਿਆਂ ਵਾਸਤੇ ਵੀ ਇਸ ਤਰ੍ਹਾਂ ਨਾ ਹੀ ਕਰੋ ਤੇ ਚੰਗਾ ਆ। ਸਾਡੀ ਤਾਂ ਚਲੋ ਬਚਾਅ ਹੋ ਗਿਆ, ਸਾਨੂੰ ਥੋੜ੍ਹੀ ਮਾੜੀ ਰਗੜ ਲੱਗੀ ਹੈ ਤੇ ਚਲੋ ਹੋ ਜਾਏਗੀ ਠੀਕ, ਪਰ ਕਿਸੇ ਦੇ ਜ਼ਿਆਦਾ ਵੀ ਸੱਟ ਲੱਗ ਸਕਦੀ ਹੈ। ਤੇ ਇਹਨਾਂ ਵੱਲੋਂ ਸਾਨੂੰ ਬਿਲਕੁਲ ਪੂਰੀ ਹੈਲਪ ਦਿੱਤੀ ਗਈ 5 ਮਿੰਟ ਦੇ ਅੰਦਰ। ਪੰਜ ਮਿੰਟ ਪਹਿਲਾਂ ਹੀ ਫੋਨ ਕੀਤਾ ਤੇ ਸਾਨੂੰ ਇਹਨਾਂ SSF ਵੱਲੋਂ ਹੈਲਪ ਦਿੱਤੀ ਗਈ ਹੈ। ਫਸਟ ਏਡ ਵੀ ਹੋਈ ਮੇਰੀ ਤੇ ਚਲੋ ਹੋਰ ਵੀ ਹੈਲਪ ਕਰ ਰਹੇ ਨੇ, ਤੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਵੀ ਤੇ ਭਗਵੰਤ ਮਾਨ ਸਾਹਿਬ ਦਾ ਵੀ ਇਸ ਤਰ੍ਹਾਂ ਹੀ ਚਲੋ ਹੈਲਪ ਕਰਦੇ ਰਹਿਣ, ਵਧੀਆ ਹੈ। ਤੁਹਾਡਾ ਔਰ ਕੀ ਹਾਦਸਾ ਜਿਹੜਾ ਇਹ ਪੇਸ਼ ਆਇਆ, ਕਿਸ ਲੋਕੇਸ਼ਨ ਤੇ ਹੈ? ਸਰ, ਮੇਰਾ ਨਾਮ ਹੈ ASI ਸੁਖਦੇਵ ਸਿੰਘ, ਬਟਾਲੇ ਤੋਂ, ਤੇ ਅਸੀਂ ਜਿੰਤੀਪੁਰ ਜਾ ਰਹੇ ਹਾਂ ਆਪਣੇ ਰੋਡ ਤੇ, ਤੇ ਇਹਨਾਂ ਨੇ 112 ਤੋਂ ਕਾਲ ਆਈ, ਜੋ ਕਿ ਉਸ ਵੇਲੇ ਮੌਕੇ ਤੇ ਅਸੀਂ ਉੱਥੋਂ ਮੋੜ ਕੇ ਗੱਡੀ ਵਾਪਸ ਆ ਗਏ ਹਾਂ। ਤੇ ਧੀਰ ਮੋੜ ਆ ਫੈਕਟਰੀ ਆ ਆਪਣੇ ਗੱਤਾ ਫੈਕਟਰੀ ਦੇ ਸਾਹਮਣੇ, ਇੱਕ ਕਾਰ ਤੇ ਬਹੁਤ ਤੇਜ਼ ਆ ਰਹੇ ਸੀ ਤੇ ਗਾੜੀ ਉਹ ਬਲੈਰੋ ਸੀ, ਬਲੈਰੋ ਨੂੰ ਉਹਨੇ ਸ਼ੈਡ ਮਾਰੀ ਤੇ ਕਾਰ ਵਾਲਾ ਤਾਂ ਲੈ ਗਿਆ ਭਜਾ ਕੇ, ਤੇ ਜਿਹੜੀ ਬਲੈਰੋ ਸੀ ਉਹ ਪਲਟ ਗਈ ਤੇ ਮੌਕੇ ਤੇ ਅਸੀਂ ਪਹੁੰਚੇ। ਪਰ ਇਹ ਆ ਵੀ ਸੱਟ ਤੋਂ ਬਚ ਗਿਆ ਬੱਚਾ, ਤੇ ਜੋ ਵੀ ਉਹਦੀ ਮਾੜੀ ਮੋਟੀ ਰਗੜ ਲੱਗੀ ਆ, ਜੋ ਵੀ ਫਸਟ ਏਡ ਅਸੀਂ ਦਿੱਤੀ ਉਹਨੂੰ, ਤੇ ਬਾਕੀ ਬਹੁਤ ਵਧੀਆ ਇਹਨਾਂ ਨੇ ਸਰਕਾਰ ਨੇ ਚਲਾਇਆ, ਜੋ ਵੀ ਸਰਕਾਰ ਨੇ ਹਦਾਇਤਾਂ ਮੁਤਾਬਕ ਫਸਟ ਏਡ ਦਿੱਤੀ ਹੈ ਨਾਲ ਗੱਡੀ, ਤੇ ਅਸੀਂ ਇਹ ਬੱਚੇ ਦਾ ਜੋ ਵੀ ਇਹਨੂੰ ਰਗੜ ਰੋਗ ਲੱਗੀ ਸੀ ਉਹਦੇ ਫਸਟ ਏਡ ਦੇ ਕੇ ਉਹਨੂੰ ਪੱਟੀ ਮਲਮ ਪੱਟੀ ਕਰਕੇ, ਤੇ ਬਿਲਕੁਲ ਉਹ ਹੁਣ ਸਹੀ ਸਲਾਮਤ ਆ। ਤੇ ਬਾਕੀ ਇਹ ਜੋ ਵੀ ਸੜਕ 'ਤੇ ਚੱਲ ਰਹੇ ਆ, ਪਬਲਿਕ ਨੂੰ ਇਹੋ ਕਹੀਦਾ ਕਿ ਆਪਣੇ ਕੰਟਰੋਲ ਨਾਲ ਚੱਲੋ, ਹੌਂਸਲੇ ਨਾਲ ਚੱਲੋ, ਵੀ ਬਹੁਤ ਜ਼ਿੰਦਗੀ ਮੁਸ਼ਕਲ ਮਿਲਦੀ ਆ। ਕੀ ਨਾਮ ਹੈ ਆਪਣਾ ਔਰ ਕੀ ਹਾਦਸਾ ਜਿਹੜਾ ਪੇਸ਼ ਆਇਆ ਸੀਗਾ? ਜੀ, ਮੇਰਾ ਨਾਮ ਮਨਪ੍ਰੀਤ ਹੈ। ਅਸੀਂ ਅੰਮ੍ਰਿਤਸਰ ਤੋਂ ਆ ਰਹੇ ਸੀ ਗੁਰਦਾਸਪੁਰ ਵੱਲ ਨੂੰ, ਤੇ ਅਸੀਂ ਜਦੋਂ ਇੱਥੇ ਬਟਾਲਾ ਹਾਈਵੇ ਤੇ ਪਹੁੰਚੇ ਤੇ ਪਿੱਛੋਂ I-20 ਗੱਡੀ ਆ ਗਈ ਤੇ ਸਾਨੂੰ ਸਾਈਡ ਮਾਰਦੀ ਹੈ ਤੇ ਸਾਡੀ ਗੱਡੀ ਇਸ ਤਰ੍ਹਾਂ ਪਲਟ ਜਾਂਦੀ ਹੈ। ਤੇ ਅਸੀਂ ਇਹੀ ਤੁਹਾਨੂੰ ਵੀ ਥੋੜ੍ਹਾ ਜਿਹਾ ਕਰਨਾ ਚਾਹੁੰਦੇ, ਮਤਲਬ ਦੱਸਣਾ ਚਾਹੁੰਦੇ ਹਾਂ ਵੀ ਓਵਰਟੇਕ ਕਰਨ ਵਾਲਿਆਂ ਵਾਸਤੇ ਵੀ ਇਸ ਤਰ੍ਹਾਂ ਨਾ ਹੀ ਕਰੋ ਤੇ ਚੰਗਾ ਆ। ਸਾਡੀ ਤਾਂ ਚਲੋ ਬਚਾਅ ਹੋ ਗਿਆ, ਸਾਨੂੰ ਥੋੜ੍ਹੀ ਮਾੜੀ ਰਗੜ ਲੱਗੀ ਹੈ ਤੇ ਚਲੋ ਹੋ ਜਾਏਗੀ ਠੀਕ, ਪਰ ਕਿਸੇ ਦੇ ਜ਼ਿਆਦਾ ਵੀ ਸੱਟ ਲੱਗ ਸਕਦੀ ਹੈ। ਤੇ ਇਹਨਾਂ ਵੱਲੋਂ ਸਾਨੂੰ ਬਿਲਕੁਲ ਪੂਰੀ ਹੈਲਪ ਦਿੱਤੀ ਗਈ 5 ਮਿੰਟ ਦੇ ਅੰਦਰ। ਪੰਜ ਮਿੰਟ ਪਹਿਲਾਂ ਹੀ ਫੋਨ ਕੀਤਾ ਤੇ ਸਾਨੂੰ ਇਹਨਾਂ SSF ਵੱਲੋਂ ਹੈਲਪ ਦਿੱਤੀ ਗਈ ਹੈ। ਫਸਟ ਏਡ ਵੀ ਹੋਈ ਮੇਰੀ ਤੇ ਚਲੋ ਹੋਰ ਵੀ ਹੈਲਪ ਕਰ ਰਹੇ ਨੇ, ਤੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਵੀ ਤੇ ਭਗਵੰਤ ਮਾਨ ਸਾਹਿਬ ਦਾ ਵੀ ਇਸ ਤਰ੍ਹਾਂ ਹੀ ਚਲੋ ਹੈਲਪ ਕਰਦੇ ਰਹਿਣ, ਵਧੀਆ ਹੈ। ਤੁਹਾਡਾ ਔਰ ਕੀ ਹਾਦਸਾ ਜਿਹੜਾ ਇਹ ਪੇਸ਼ ਆਇਆ, ਕਿਸ ਲੋਕੇਸ਼ਨ ਤੇ ਹੈ? ਸਰ, ਮੇਰਾ ਨਾਮ ਹੈ ASI ਸੁਖਦੇਵ ਸਿੰਘ, ਬਟਾਲੇ ਤੋਂ, ਤੇ ਅਸੀਂ ਜਿੰਤੀਪੁਰ ਜਾ ਰਹੇ ਹਾਂ ਆਪਣੇ ਰੋਡ ਤੇ, ਤੇ ਇਹਨਾਂ ਨੇ 112 ਤੋਂ ਕਾਲ ਆਈ, ਜੋ ਕਿ ਉਸ ਵੇਲੇ ਮੌਕੇ ਤੇ ਅਸੀਂ ਉੱਥੋਂ ਮੋੜ ਕੇ ਗੱਡੀ ਵਾਪਸ ਆ ਗਏ ਹਾਂ। ਤੇ ਧੀਰ ਮੋੜ ਆ ਫੈਕਟਰੀ ਆ ਆਪਣੇ ਗੱਤਾ ਫੈਕਟਰੀ ਦੇ ਸਾਹਮਣੇ, ਇੱਕ ਕਾਰ ਤੇ ਬਹੁਤ ਤੇਜ਼ ਆ ਰਹੇ ਸੀ ਤੇ ਗਾੜੀ ਉਹ ਬਲੈਰੋ ਸੀ, ਬਲੈਰੋ ਨੂੰ ਉਹਨੇ ਸ਼ੈਡ ਮਾਰੀ ਤੇ ਕਾਰ ਵਾਲਾ ਤਾਂ ਲੈ ਗਿਆ ਭਜਾ ਕੇ, ਤੇ ਜਿਹੜੀ ਬਲੈਰੋ ਸੀ ਉਹ ਪਲਟ ਗਈ ਤੇ ਮੌਕੇ ਤੇ ਅਸੀਂ ਪਹੁੰਚੇ। ਪਰ ਇਹ ਆ ਵੀ ਸੱਟ ਤੋਂ ਬਚ ਗਿਆ ਬੱਚਾ, ਤੇ ਜੋ ਵੀ ਉਹਦੀ ਮਾੜੀ ਮੋਟੀ ਰਗੜ ਲੱਗੀ ਆ, ਜੋ ਵੀ ਫਸਟ ਏਡ ਅਸੀਂ ਦਿੱਤੀ ਉਹਨੂੰ, ਤੇ ਬਾਕੀ ਬਹੁਤ ਵਧੀਆ ਇਹਨਾਂ ਨੇ
ਸਰਕਾਰ ਨੇ ਚਲਾਇਆ, ਜੋ ਵੀ ਸਰਕਾਰ ਨੇ ਹਦਾਇਤਾਂ ਮੁਤਾਬਕ ਫਸਟ ਏਡ ਦਿੱਤੀ ਹੈ ਨਾਲ ਗੱਡੀ, ਅਤੇ ਅਸੀਂ ਇਹ ਬੱਚੇ ਦਾ ਜੋ ਵੀ ਇਹਨੂੰ ਰਗੜ ਰੋਗੜ ਲੱਗੀ ਸੀ ਉਹਦੇ ਫਸਟ ਏਡ ਦੇ ਕੇ ਉਹਨੂੰ ਪੱਟੀ ਮਲਮ ਪੱਟੀ ਕਰਕੇ ਅਤੇ ਬਿਲਕੁਲ ਉਹ ਹੁਣ ਸਹੀ ਸਲਾਮਤ ਆ। ਅਤੇ ਬਾਕੀ ਇਹ ਜੋ ਵੀ ਸੜਕ 'ਤੇ ਚੱਲ ਰਹੇ ਆ ਪਬਲਿਕ ਨੂੰ ਇਹੋ ਕਹੀਦਾ ਕਿ ਆਪਣੇ ਕੰਟਰੋਲ ਨਾਲ ਚੱਲੋ, ਹੌਂਸਲੇ ਨਾਲ ਚੱਲੋ, ਵੀ ਬਹੁਤ ਜ਼ਿੰਦਗੀ ਮੁਸ਼ਕਿਲ ਮਿਲਦੀ ਆ।